ਜਾ ਨਸੋਈ ਤਾ ਕੁਦ ਕਾ ਦਾਸ ਗੁਰਮਖੋਈ ਜੇਨ ਸਿਰ ਸਾਜੀ ਤਿਨ ਫੁਲ ਗੋਈ ਤਿਸ ਬਿਨ ਦੂਜਾ ਅਵਰਨਾ ਕੋਈ ਗਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀ ਵਾ ਕਥਾ ਵਿੱਚ ਸਤਿਗੁਰੂ ਪਾਤਸ਼ਾ ਪਾਵਨ ਉਪਦੇਸ਼ ਬਖਸ਼ਦੇ ਨੇ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਇਹ ਸ੍ਰਿਸ਼ਟੀ ਇਹ ਜਗਤ ਜਿਸ ਪਰਿਪੂਰਨ ਪ੍ਰਮਾਤਮਾ ਨੇ ਜਗਤ ਦੀ ਰਚਨਾ ਕੀਤੀ ਹੈ ਸੁੰਦਰ ਜਗਤ ਵਾਹਿ ਗੁਰੂ ਨੇ ਰਚਿਆ ਹੈ ਉਸ ਹੀ ਪਰੀਪੂਰਨ ਪਰਮਾਤਮਾ ਨੇ ਬਦਲਾ ਕੀਤੀ ਹੈ ਭਾਅ ਨਾਸ ਕਰ ਦਿੱਤੀ ਐਸਾ ਸੰਵਰਤ ਮੇਰਾ ਪਰਵਦਗਾਧ ਪ੍ਰਭੂ ਹੈ ਤਿਸ ਤੋਂ ਬਿਨਾ ਦੂਜਾ ਕੋਈ ਵੀ ਨਹੀਂ ਸਾਚੇ ਨਾਮ ਗੁਰ ਸਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਦੋਰਾ ਜੋ ਗੁਰਮੁਖ ਨੇ ਜੋ ਸੱਚੇ ਨਾਮ ਔਰ ਗੁਰੂ ਉਪਦੇਸ਼ ਨੂੰ ਵਿਚਾਰ ਕੀ ਉਹ ਜਪਦੇ ਨੇ ਉਸ ਦਾਤੀ ਪਰਵਦਗਾਲ ਦੀ ਉਹ ਜਾਤ ਵਿੱਚ ਜੁੜਦੇ ਨੇ ਤੇ ਸੱਚੇ ਦੇ ਦਰਵਾਜ਼ੇ ਵਿੱਚ ਉਹ ਸੱਚੇ ਰਹਿੰਦੇ ਨੇ ਸਚਿਆਦ ਸਿੱਖ ਵਹਿ ਸਤਗੁਰ ਪਾਸ ਉਹ ਗੁਰੂ ਦੇ ਹਜੂਰ ਬਹਿੰਦੇ ਨੇ ਸਚਾ ਅਦ ਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾਵਾਸ ਸਚੈ ਤਖਤੁ ਬੁਲਾਵੇ ਸੋਇ ਦੇਵੜ ਆਈ ਕਰੈ ਸੋ ਹੋਇ ਸਚਾ ਵਿਦਾ ਵਾਹੀ ਗੁਰੂ ਬੇਨਤੀ ਦਾ ਸੋਨੇ ਹਾਰਾ ਸਤਗੁਰਾਂ ਦੇ ਬਚਨਿ ਜੀ ਕੀ ਵਿਸਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਤੂੰ ਗੁਰੂ ਅਗੇ ਅਰਦਾਸ ਕਰ ਤੇਰਾ ਗੁਰੂ ਸੰਗਰਥ ਸੁਣਦਾ ਹੈ ਦੇਖਦਾ ਹੈ ਗੋਦਮਕ ਸਚੀਤ ਦਾਸ ਬੇਨਤੀ ਦੇ ਕਰਨ ਖਾਰੇ ਨੇ ਸਭਨਾ ਦੇ ਅੰਤਿਸ਼ਕਨ ਮਹਿਲ ਵਿੱਚ ਜੋ ਬਰਾਜਮਾਨ ਹੋਏ ਸੋ ਵਹਿਲੀ ਸੋ ਐਸਾ ਮਹਿਲੀ ਸੁਆਮੀ ਉਹਨ ਗੁਰਮੁਖਾਂ ਦੀ ਅਰਦਾਸ ਨੂੰ ਸੁਣ ਕੇ ਸਵਾਸੀ ਜਾਂਦਾ ਹੈ ਬੜਾ પ્રસન્ન ਹੁੰਦਾ ਹੈ ਪਦੀਪੂਰਨ ਪਰਮਾਤਮ ਸਚੈ ਤਖਤ ਬੁਲਾਵੇ ਸੋਏ ਦੇ ਵੜਿਆਈ ਕਰੈ ਸੋ ਹੋਏ। ਸਤੂਪ ਦੇ ਵਿੱਚ ਬੈਕੁੰਠ ਵਿੱਚ ਪਰਮਾਤਮਾ ਬੁਲਾਉਂਦਾ ਹੈ। ਐਸੀ ਵੜਿਆਈ ਦਿੰਦਾ ਹੈ ਜੋ ਗੁਰਮੁਖ ਅਦੇ ਸੋਈ ਹੋ ਜਾਂਦਾ। ਜੋ ਗੁਰਮਖ ਚਿਤਮ ਦੇ ਨਹੀਂ ਉਹ ਮੇਰਾ ਵਾਹਿਗੁਰੂ ਕਰ ਦਿੰਦਾ। ਕਿਉਂਕਿ ਉਹ ਬੜਾ ਸੰਬਧਤ ਮੇਰਾ ਮਾਲਕ ਪ੍ਰਭੂ ਹੈ ਆਪਣੇ ਜਨਾਂ ਦੀ ਪੈਜ ਪ੍ਰਤੀਗਿਆ ਆਵ ਰੱਖਦਾ ਹੈ ਸਤਗੁਰੂ ਅੱਗੇ ਬੇਨਤੀ ਕੀਤੀ ਗਰੀਬ ਅਵਾਜ਼ ਪਾਤਸ਼ਾਹ ਜੀ ਉਹ ਗੁਰਮੁਖ ਕਿਸ ਪ੍ਰਕਾਰ ਬੇਨਤੀ ਕਰਦੇ ਨਹੀਂ ਉਸ ਦਾਤੇ ਪ੍ਰਭੂ ਅੱਗੇ ਤੇਰਾ ਤਾਣ ਤੂਹ ਦੀਵਾਨ ਗੁਰ ਕਾ ਸਭ ਦੇ ਸਚ ਨੀਸਾਨ ਮਨਨੇ ਹੁਕਮ ਸੋ ਪਰਗਟ ਜਾਈ ਸਚ ਨੀਸਾਨ ਐ ਠਾਕ ਨਾ ਪਾਈ ਸ਼ੀ ਵਿਧੀ ਪਰਵਤ ਗਾ ਤੇਰਾ ਜੀ ਸਾਨੂੰ ਬਲ ਹੈ ਗੁਰਮੁਖ ਇੰਜ ਅਰਦਾਸਾਂ ਕਰਦੇ ਨਹੀਂ ਪ੍ਰਭੂ ਅੱਗੇ ਤੂੰ ਹੀ ਸਾਡਾ ਆਸਰਾ ਹੈ ਤੁਹੀ ਸਾਡਾ ਮਾਤਾ ਪਿਤਾ ਹੈ। ਔਰ ਗੁਰੂ ਦਾ ਉਪਦੇਸ਼ ਜਿਨ੍ਹਾਂ ਦੇ ਪਾਸ ਸੱਚਾ ਪਰਵਾਨਾ ਹੈ। ਪ੍ਰਮਾਤਮਾ ਦੀਆਂ ਆਗਿਆ ਨੂੰ ਮੰਨਦੇ ਨੇ। ਸੋ ਪ੍ਰਗਟ ਹੋ ਕੇ ਪ੍ਰਭੂ ਦੇ ਪਾਸ ਜਾਂਦੇ ਨੇ। ਕਿਉਂਕਿ ਉਹਨਾਂ ਦੇ ਪਾਸ ਸੱਚਾ ਪਰਵਾਨਾ ਹੈ। ਇਸ ਕਰਕੇ ਤਿਨਾਂ ਨੂੰ ਜੋ ਕਾਮ ਕਰੋ ਲੋਭੋ ਹੰਕਾਰ ਇਹ ਵਿਕਾਰ ਉਹਨਾਂ ਨੂੰ ਰੋਕ ਨਹੀਂ ਸਕਦੇ ਪੰਡਤ ਪਰਹਿ ਵਖਾਣੇ ਭੇਦ ਅੰਤਰ ਵਸਤ ਨ ਜਾਣੇ ਭੇਦ ਗੋਦਵਨ ਸੋ ਜੀ ਭੂਜਨਾ ਹੋਇ ਤਾਚਾ ਰਵ ਰਹਿ ਆ ਪ੍ਰਭ ਸੋਏ ਪੰਡਤ ਪੜਹੀਂ ਵਿਖਾਣੇ ਵੇਦ ਪੰਡਤ ਵੇਦਾਂ ਨੂੰ ਪੜਦੇ ਨੇ ਉਨੀ ਵੇਦਾਂ ਦਾ ਵਿਖਿਆਣ ਵੀ ਪੰਡਤ ਕਰਦੇ ਨੇ ਤਾਂ ਤੂੰ ਜੋ ਵਸਤੂ ਵੇਦ ਅੰਤਿਸ਼ ਕਰਨ ਵਿੱਚ ਸਾ ਰੂਪ ਹੈ ਤਿਸ ਦੇ ਭੇਦ ਨੂੰ ਉਹ ਵੀ ਨਹੀਂ ਜਾਣਦੇ ਜੋ ਪੰਡਤ ਨੇ ਵਾਸਤਵ ਤੇ ਵਿਚਾਰ ਕਰੀਏ ਤੋ ਸੱਚਾ ਗੁਰੂ ਤੇ ਪੁੱਛੇ ਤੋਂ ਬਿਨਾ ਅਪਰੋਗ ਗਿਆਨੀ ਹੁੰਦਾ ਕਿਉਂਕਿ ਗੁਰੂ ਤੋਂ ਬਿਨਾ ਅੰਧਕਾਰ ਦਾ ਮਨੁੱਖ ਨੂੰ ਅੰਧੇਰਾ ਹੀ ਰਹਿੰਦਾ ਪ੍ਰਭੂ ਸਭ ਵਿੱਚ ਰਵਣ ਕਹਦੇ ਆਖੇ ਘਟ ਘਟ ਵਿੱਚ ਬੈਠਾ ਹੈ ਕਿ ਆ ਹੋ ਆਖ ਆਖ ਵਿਖਾਣੀ ਤੋ ਆਪੇ ਜਾਣੇ ਸਰਬ ਵਡਾਣੀ ਨਾਨਕ ਇੱਕੋ ਦਰਦੀਵਾਨ ਗੁਰਮੁਖ ਸਾਚ ਤਹਾ ਗੁਦਰਾਣ ਮੈਂ ਮੁਖ ਕਰਕੇ ਸਮਾਨਤੇ ਕਿਆ ਕਹਾ ਪਾਤਸ਼ਾਹ ਫਰਮਾਉਂਦੇ ਨੇ ਕਿਆ ਮੈਂ ਵਿਸ਼ੇਸ਼ ਕਰਕੇ ਉਸਤਤ ਕਰਾਂ ਸਭ ਤੇ ਵੱਡਾ ਅਸਚਰਜ ਰੂਪ ਪਰਮੇਸ਼ਰ ਆਪ ਸਭ ਜੀਵਾਂ ਦੀ ਗਤੀ ਨੂੰ ਜਾਣਦਾ ਇਸ ਪ੍ਰਕਾਰ ਜਾਂ ਮੈਂ ਵੀ ਇੱਕ ਪ੍ਰਾਤਮਾ ਆਪਣੇ ਅੰਦਰ ਰੱਖ ਹੈ। ਉਹੀ ਆਸਦਾ ਰੂਪ ਹੈ। ਜੋ ਸੱਚੇ ਗੁਰਮਖ ਨੇ ਇਸ ਪਰਮੇਸ਼ਰ ਦੇ ਜਸ ਵਿੱਚ ਸੋ ਅਵਸਥਾ ਨੂੰ ਗੁਜ਼ਾਰਦੇ ਨੇ ਗੁਣ ਗਾਉਂਦੇ ਨੇ ਪ੍ਰਭੂ ਦੇ। ਆਸਾ ਉਹ ਗਾਉ ਪਹਿਲਾਂ। ਕਾਤੀ ਗਾਗਰ ਦੇ ਦੋਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁੱਤ ਦੇ ਕਿਉਂ ਤਰੀਐ ਬਿਨ ਅਗਲ ਗੁਰ ਪਾਰ ਨਾ ਪਾਈ ਪਾਤਸ਼ਾ ਪਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਰੀਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹੋਏ ਬਚਨ ਕਹਿੰਦੇ ਨੇ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਵਿੰਸਰ ਦੁਖ ਪਾਈ। ਕੀ ਮੇਰੇ ਵਾਹੀ ਗੁਰੂ ਤੇਰੀ ਕਿਰਪਾ ਨਦਦ ਤੋਂ ਬਿਨਾ ਦੇ ਜੋ ਕੱਚੀ ਗਾਗਰ ਵਤ ਹੈ। ਇਸ ਵਿੱਚ ਅਵਾਦ ਕਰਕੇ ਬੁੱਧੀ ਦੁਖੀ ਰਹਿੰਦੀ ਹੈ। ਬਾਗੰਦਵਾ ਜਨਮ ਵਨ ਕਰ ਕੀ ਦੁਖ ਪਾਉਂਦੀ ਹੈ ਇਹ ਸੰਸਾਰ ਸਾਗਰ ਬਦਾ ਕਠਨ ਹੈ ਦਸਤ ਤਖ ਹੈ ਹਰੀ ਬਿਨਾ ਗੁਰੂ ਕਿਰਪਾ ਤੇ ਤਰ ਕੀ ਪਾਲ ਨਹੀਂ ਪ੍ਰਾਪਤ ਹੁੰਦਾ ਹਰੀ ਤੇ ਗੁਰੂ ਕਿਰਪਾ ਤੇ ਹੀ ਜੀਵ ਸੰਸਾਰ ਸਮੁੰਦਰ ਤੋਂ ਤਰਦਾ ਹੈ ਪਰਮੇਸ਼ਰ ਅਤਾ ਦਦਾ ਹੈ ਤੁਜ ਬਿਨ ਅਬਰ ਨ ਕੋਈ ਮੇਰੇ ਪਿਆਰੇ ਤੁਜ ਬਿਨ ਅਬਰ ਨ ਕੋਏ ਆਲੇ ਸਰਬੀ ਰੰਗੀ ਧੂਪੀ ਤੋਗੈ ਤੇ ਸਵਖ ਸੇ ਜਿਸ ਦਦ ਕਰੈ ਆਉ ਕੀ ਮੇਰੇ ਪਿਆਰੇ ਸਭ ਨੂੰ ਖਰੀ ਕਰਨahari ਮੇਰੀ ਪਰਿਵਰਤਗਾਰ ਤੇਰੀ ਤੋਂ ਬਿਨਾ ਕੋਈ ਦੂਜਾ ਭੂਤ ਕਾਲ ਵਿੱਚ ਭਵਿੱਖਤ ਕਾਲ ਵਿੱਚ ਨਹੀਂ ਹੈ ਵਰਤ ਕਾਲ ਵਰਤਮਾਨ ਕਾਲ ਵਿੱਚ ਵੀ ਸਭ ਰੂਪਾਂ ਵਿੱਚ ਰੰਗਾਂ ਵਿੱਚ ਤੂੰ ਹੀ ਹੈ ਤੇਰੀ ਤੋਂ ਬਿਨਾ ਕੋਈ ਦੂਜਾ ਨਹੀਂ ਜਿਸ ਪਰ ਤੂੰ ਕਿਰਪਾ ਮਿਹਰ ਦੀ ਨਦਰ ਕਰ ਦਿੰਦਾ ਸਰਬ ਰੰਗੀ ਰੂਪੀ ਤੋਹ ਹੈ ਤਿਸ ਵਖਸੇ ਜਿਸ ਦਦ ਕਰੇ ਤਿਸ ਨੂੰ ਖਿਮਾ ਕਰਦਾ ਜਿਸ ਤੇ ਨਦਰ ਕਰਦਾ ਸਾ ਸਬੂਰੀ ਘਰ ਵਾਸਨਾ ਦੇਵੈ ਭੈ ਸਿਓ ਮਿਲਣ ਦਾ ਦੇਵ ਬੂਰੀ ਸਖੀ ਸਾਜਨੀ ਕੇ ਖੋ ਚਰਨ ਸਰੇਵੋ ਖਾਦ ਗੋਦਕਿਰਪਾ ਤੇਦਦਰ ਤਰੀ ਅਵਿਦਿਆ ਪਾਦ ਬਿਲਤੀ ਬੁਰੀ ਹੈ ਸਾਸ ਮਨ ਦੇ ਹਿਰਦੇ ਵਿੱਚ ਵਸਣ ਨਹੀਂ ਦਿੰਦੀ ਕਿਉਂ ਬੁਰੀ ਕਾਦਨਖੀ ਪਤੀ ਤੇਰੀ ਤੋਂ ਮਿਲਣੇ ਨਹੀਂ ਦਿੰਦੀ ਤੇਰੇ ਨਾਲ ਮਿਲਣ ਨਹੀਂ ਦਿੰਦੀ ਇਸ ਕਰਕੇ ਬੁਰੀ ਹੈ ਫਿਰ ਮੈਂ ਨਹੀਂ ਨਰਾਸ਼ ਹੋ ਕੇ ਪਿਆਰੀ ਜੋ ਸੰਤ ਜਨ ਤੇਰੇ ਜਨ ਨੇ ਤੇਰੇ ਪਿਆਰੇ ਨੇ ਤਿਨਾਂ ਦੇ ਚਰਨਾਂ ਦੀ ਸੇਵਾ ਕੀਤੀ ਸਖੀ ਸਾਜਨੀ ਕੇ ਖੌ ਚਰਨ ਸਰੇਵੋ ਫਿਰ ਤੇਰੇ ਸੰਤ ਜਨਾਂ ਦੇ ਚਰਨ ਪਾਸੇ ਤਹਿਲ ਕੀਤੀ ਤਬਹੀ ਮੇਰੇ ਵਾਹਿਗੁਰੂ ਗੁਰੂ ਦੀ ਕਿਰਪਾ ਹੁੰਦੀ ਆਪਦੇ ਮੁਝ ਪਦ ਪਰ ਕਿਰਪਾ ਮੇਹ ਦੀ ਨਦਰ ਕਰ ਦਿੱਤੀ ਆਪੋ ਦੀ ਚਾਰਾ ਮਾਦਮ ਮੰਗ ਦੇਖਿਆ ਤੋ ਮਸਾ ਮੀਤ ਨਾ ਆਵੇ ਕੋਈ ਜਿਉ ਤੋ ਰਾਖਿ ਤੇ ਵਹੀ ਰਹਿਣਾ ਦੁੱਖ ਸੁਖ ਦੇਵਹਿ ਕਰੇ ਸੋਈ ਮਨ ਨੂੰ ਮਾਰ ਕੇ ਇਕਾਂਗ ਰ ਕਰਕੇ ਆਪਣੇ ਵਿੱਚ ਆਪ ਵਿਚਾਰ ਕਰਕੇ ਭਲੀ ਭਾਂਤ ਦੇਖ ਲਿਆ ਕਿ ਤੇਰੇ ਜੈਸਾ ਦੂਜਾ ਕੋਈ ਮਿੱਤਰ ਹੀ ਨਹੀਂ ਹੈ ਬੜੇ ਮਿੱਤਰ ਨੇ ਜਗਤ ਵਿੱਚ ਪਰ ਤੇਰੇ ਜੈਸਾ ਕੋਈ ਮਿੱਤਰ ਨਹੀਂ ਜਿਸ ਦਾ ਤੂੰ ਮਿੱਤਰ ਹੈ ਜਿਸ ਨੇ ਤੈਨੂੰ ਸੱਜਣ ਬਣਾ ਲਿਆ ਮਿੱਤਰ ਬਣਾ ਲਿਆ ਫਿਰ ਉਸ ਨੂੰ ਕੋਈ ਕਮੀ ਹੈ ਕੋਈ ਕਮੀ ਨਹੀਂ ਜਾ ਕਾ ਮੀਤ ਸਾਜਨ ਹੈ ਸਮੀਆ ਤਿਸ ਜਨ ਕੋ ਕਹੋ ਕਾ ਕੀ ਕਮੀਆ ਫਿਰ ਕਾਦੀ ਕਮੀ ਹੈ ਕਿ ਤੇਰੇ ਵਰਗਾ ਕੋਈ ਮਿੱਤਰ ਵੀ ਨਹੀਂ ਜਿੱਥੇ ਕੋਈ ਵੀ ਸਹਤਾ ਨਾ ਕਰੇ ਉੱਥੇ ਤੂੰ ਸਹਤਾ ਕਰਦਾ ਹੈ ਜਿੱਥੇ ਵੀ ਤੈਨੂੰ ਕੋਈ ਯਾਦ ਕਰ ਲਵੇ ਐਸਾ ਤੂੰ ਮਿੱਤਰ ਜਿੱਥੇ ਹਰ ਆਰਾਦੀ ਹੈ ਤਿੱਥੇ ਹਰ ਮਿੱਤ ਸਾਈ ਤੂੰ ਮਿੱਤਰ ਬਣ ਕੇ ਸਹਤਾ ਕਰਦਾ ਜਿਸ ਤਰਕਾਲ ਤੂੰ ਰਖੇ ਮੇਰੇ ਪਰਵਦਗਾਰ ਇਸੇ ਪ੍ਰਕਾਰ ਸਾਨੂੰ ਰਹਿਣਾ ਜੋਗ ਹੈ ਜੋ ਸੁਖ ਤੇ ਦੁਖ ਤੂੰ ਦੇਵੇਂ ਭਾਣਾ ਮਨ ਕੇ ਸੋਈ ਕਰਾਂਗਾ ਕਿ ਤੇਰੀ ਰਜ਼ਾ ਹੈ ਦੁਖ ਆਇਆ ਸੁਖ ਆਇਆ ਇਹ ਤੇਰੀ ਰਜ਼ਾ ਹੈ ਇਹ ਮਨੁੱਖ ਤੇ ਬਣੇ ਨੇ ਦੁਖ ਸੁਖ ਦੋਇ ਦਰ ਕਪੜੇ ਪਹਿਰੇ ਜਾਈ ਮਨੁੱਖ ਇਹ ਮਨੁੱਖ ਤੇ ਬਣੇ ਨੇ ਦੁਖੇ ਆਇਆ ਸੁਖੇ ਆਇਆ ਸੁਖੇ ਆਇਆ ਦੁਖੇ ਆਇਆ ਤੰ ਤਨ ਬਾਬਾ ਈਸ਼ ਸੰਗ ਮਹਾਰਾਜ ਜੀ ਨੇ ਬਚਨ ਕਰਨੇ ਭਾਈ ਜੇ ਦੁਖ ਹੈ ਤਾਂ ਸੁਖ ਦੀ ਕਦਰ ਪੈਂਦੀ ਹੈ ਜੇ ਸੁਖ ਹੈ ਤਾਂ ਦੁਖ ਦੀ ਕਦਰ ਪੈਂਦੀ ਹੈ ਆਸਾ ਵਨਸਾ ਦੂਬਨਾਸਤ ਤੋ ਇਹ ਗੁਣ ਆਸ ਜਰਾਸ ਭਈ ਤੁਰੀ ਆਵਸਥਾ ਗੋਰ ਮੁਖ ਪਾਈਐ ਸੰਤ ਸਵਾ ਕੀ ਓਟ ਲਕੀ ਆਸਾ ਮਨਸਾ ਦੂ ਬਨਾਸ ਆਸਾ ਕਰਨੀ ਵਾਸ਼ਨਾਏ ਦੋਨੋ ਨਾਸ ਕਰਨ ਖਾਰੀਆਂ ਨੇ ਮਨੁੱਖ ਬੜੀ ਆਸਾ ਰੱਖਦਾ ਹੈ ਬੜੀ ਆਵਾਸ਼ ਉਦਾਵਾ ਮਨ ਵਿੱਚੋਂ ਤਰੰਗੇ ਉੱਠਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਦੋਨੋ ਨਾਸ ਕਰਨ ਖਾਰੀਆਂ ਜੇ ਜਾਣ ਕੇ ਮੇਰੀ ਬੁੱਧੀ ਜਹਾ ਤੱਕ ਤ੍ਰੈ ਗੁਣ ਰਚਿਤ ਪਦਾਲਤ ਨੇ ਤਿੰਨ ਗੁਣ ਕਿਹੜੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਸੰਸਾਰ ਇਨਾਂ ਗੁਣਾ ਵਿੱਚ ਹੀ ਵਿਚਰਦਾ ਜੋ ਪਾਤਸ਼ਾਹ ਪਰਮਉਤਮ ਦੀ ਨੇ ਤ੍ਰੈ ਗੁਣ ਆਸ ਨਰਾਸ ਭਈ ਮੇਰੀ ਬੁੱਧੀ ਇਨਾਂ ਗੁਣਾ ਤੋਂ ਦਰਾਸ ਹੋ ਗਈ ਚੌਥੀ ਅਵਸਥਾ ਜੋ ਆਤਮਾ ਪਦ ਹੀ ਵਾਹੀ ਗੁਰੂ ਤੇਰਾ ਸਰੂਪ ਹੈ ਤੁਦੀ ਆਵਸਥਾ ਸੋ ਗੁਰੂ ਦੁਆਰੇ ਪਾਇਆ ਜਾਂਦਾ ਕਿਉ ਜਾਣ ਕੇ ਸੰਤ ਸਭਾ ਦੀ ਫਿਰ ਰੱਬ ਦੇ ਜਨਾਂ ਦੀ ਓਟ ਲੈ ਲਈ ਗਿਆਨ ਧਿਆਨ ਸਗਲੇ ਸਭ ਜਪ ਤਪ ਜੇ ਸੰਗਾਰ ਇਹ ਦੇ ਅਲਖਿ ਅਭੇਵਾ ਧਾਨਕ ਰਾਮ ਨਾਮ ਮੰਨ ਰਤਾ ਗੁਰਮਤਿ ਪਾਵੀ ਸਹਿਜ ਸੇਵਾ ਗਿਆਨ ਧਿਆਨ ਸਗਲਿ ਸਭ ਜਪ ਤਪ ਜਿਸ ਹਾਜ਼ ਖਿਰਦਾ ਅਲਖੀ ਅਪੇਵਾ ਕੀ ਅਲਖੀ ਅਪੇਵੰ ਮੀਰੀ ਪਰਬਤ ਗਾਰ ਜਿਸ ਦੇ ਖਿਰਦੇ ਵਿੱਚ ਤੂੰ ਵਸਦਾ ਹੈ ਇਸ ਦੇ ਗਿਆਨ ਧਿਆਨ ਜਪ ਤਪ ਸਾਧਨ ਸਭ ਉਸ ਨੇ ਕਰ ਲਏ ਇਹ ਦੇਖ ਇਹਦੇ ਵਿੱਚ ਤੂੰ ਬੈਠਾ ਹੈ ਹੇ ਤਾਂ ਗੁਰੂ ਦੀ ਵੱਤ ਲੈਣੀ ਕਰਕੇ ਸ਼ਾਂਤੀ ਸਹਿਤ ਸੇਵਾ ਕਰਕੇ ਮੇਰਾ ਮਨ ਤੇਰੇ ਨਾਮ ਵਿੱਚ ਰਤਿਆ ਗਏ ਪ੍ਰੀਤਵਾਨ ਹੋਇਆ ਹੈ ਆਸਾਓ ਮਹਲਾਓ ਪਹਿਲਾਓ ਪੰਜ ਬਦੇ ਮੋਹ ਕੋਟੰਬ ਮੋ ਸਭ ਕਾਰ ਮੋ ਤੋ ਮਤ ਤਜੋ ਸਗਲ ਵਿਕਾਰ ਸਤਗੁਰੂ ਪਾਤਸ਼ਾਹ ਬੈਠੇ ਸਨ ਸਿੱਖ ਨੇ ਗਲ ਪੱਲੂ ਪਾਇਆ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੰਸਾਰ ਤੋਂ ਜੀਵ ਕਿਵੇਂ ਪਾਤ ਬੜਾ ਕਠਨ ਸਾਗਰ ਹੈ ਇਸ ਭਵ ਸਾਗਰ ਤੋਂ ਮਨੁੱਖ ਕਿਵੇਂ ਤਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਹਿਣ ਲੱਗੇ ਮੋਹ ਕੋਟੰਬ ਮੋਹ ਸਭ ਕਾ ਜੋ ਕੋਟੰਬ ਵਿੱਚ ਆਪਣਾ ਮੋਹ ਹੈ ਮਮਤਾ ਹੈ ਸੋ ਸਭ ਮੁਖ ਪਰ ਇੱਕਾਲਖ ਹੋ ਗਏ ਇਹ ਸਿੱਖਾ ਜੋ ਸੈਕਲ ਵਿਕਾਰ ਰੂਪ 모ਨੇ ਸੋ ਤੁਤੇ ਆਗ ਦੇ ਛੱਡ ਦੇ ਕਿ ਅਸਰੀ ਸੰਪਤੀ ਦਾ ਰਾਜਾ 모ਖ ਹੈ ਇਸ 모ਨੂ ਤਿਆਗ ਛੱਡ ਦੇ 모ਨ ਜੋ ਮਨੁੱਖ 모ਹ ਦੀ ਤੰਦ ਵਿੱਚ ਵਜਿਆ ਜਾਂਦਾ ਉਹ ਦੁੱਖ ਪਹੁੰਦਾ ਹੈ ਕਿ 모ਹ ਦੇ ਵਚ ਬਸ ਵਿੱਚ ਆਇਆ ਮਨੁੱਖ ਚੋਰੀ ਕਰੇਗਾ ਝੂਠ ਬੋਲੇਗਾ ਪਾਪ ਕਰਮ ਕਰੇਗਾ ਮੋਹ ਹੈ ਤੇ ਸੁਤੇਬਕਾਰੀ ਹੋ ਜਾਵੇਗਾ ਮੋਹ ਹੈ ਰੱਬ ਦੇ ਜਨਾਂ ਨੇ ਮੋਹ ਨੂੰ त्यागਿਆ ਹੈ ਇੱਕ ਰਾਜਾ ਸੀ ਬੜਾ ਧਰਮੀ ਰਾਜਾ ਰਾਜਾ ਨਰਮੋ ਜਿਸ ਦਾ ਨਾਮ ਸੀ ਰਾਜੇ ਦਾ ਜਵਰਾ ਘਣੀ ਜੰਗਲ ਵਿੱਚ ਵਿਚਰਦੇ ਆ ਕਾਲ ਖੇਡਣ ਗਿਆ ਇੱਕ ਫਕੀਰ ਦੀ ਝੁੱਗੀ ਵਿੱਚ ਗਿਆ ਦੇਖਿਆ ਰੱਬ ਦੇ ਜੰਤ ਮਹਾਤਮਾ ਬੈਠੇ ਨੇ ਮੱਥਾ ਟੇਕਿਆ ਉਹ ਫਕੀਰ ਨੇ ਪੁੱਛਿਆ ਤੂੰ ਕਿਸ ਦਾ ਪੁੱਤਰ ਹੈ ਕਿੱਥੋਂ ਆਇਆ ساری ਵਿਥਿਆ ਦਸੀ ਵਕੀਰ ਸਾਈਂ ਵੇ ਰਾਜੀ ਨਰਮੋ ਦਾ ਸੁਪੁੱਤ ਦਖਾ ਵਕੀਰ ਕਹਿਣ ਲਗਾ ਰਾਜਾ ਤੇ ਨਰਮੋ ਇਹ ਨਹੀਂ ਹੋ ਸਕਦਾ ਅ ਰਾਜਾ ਵੀ ਹੈ ਤੇ ਨਰਮੋ ਵੀ ਹੈ ਇਹ ਮੰਨਣਯੋਗ ਨਹੀਂ ਜੇ ਵਾਰ ਜੀ ਨੇ ਕਿਹਾ ਵਕੀਰ ਸਾਈ ਤੁਸੀਂ ਆਪ ਦੇਖ ਲਵੋ ਪ੍ਰਤਾਵਾ ਕਰ ਤੇディ ਗੱਲ ਕਰਕੇ ਦੇਖ ਲੋ ਫਿਰ ਕੀ ਹੋਇਆ ਫਕੀਰ ਸਾਈ ਨੇ ਕਿਹਾ ਆਪਣੇ ਵਸਤਰ ਮੈਨੂੰ ਉਤਾਰ ਕੇ ਦੇ 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 ਵਸਤਰ ਉਤਾਰ ਕੇ ਦੇ ਦਿੱਤੇ ਜਦ ਤੱਕ ਮੈਂ ਬਾਤ ਸੁਣਾਵਾਂ ਤੂੰ ਇੱਥੋਂ ਜਾਣਾ ਨਹੀਂ ਫਿਰ ਵਕੀ ਸਾਈ ਉਸ ਦੇ ਵਸਤਰ ਲੈ ਗਏ ਆ ਰਤ ਖੂਨ ਨਾਲ ਵੇੜ ਪਹੁੰਚਿਆ ਦਵਾਲਪਾਲ ਨੂੰ ਆਖਿਆ ਕਿ ਰਾਜੇ ਦਾ ਸੁਪੁੱਤਰ ਮਿਲਤੂ ਹੋ ਗਿਆ ਸ਼ੇਰ ਨੇ ਖਾ ਲਿਆ ਇਹ ਉਸਦੇ ਵਸਤ ਉਹ ਕਹਿਣ ਲਗਾ ਫਕੀਰ ਸਾਈ ਇਹ ਪ੍ਰਭੂ ਦੀ ਦੇਤ ਹੈ ਜੋ ਆਇਆ ਉਸਨੇ ਜਾਣਾ ਕੋਈ ਮੁੱਖ ਨਹੀਂ ਮਰਝਾਇਆ ਉਸ ਦਵਾਲਪਾਲ ਤਾਂ ਤੇ ਰਾਜੇ ਪਾਸ ਗਿਆ ਇਜ਼ਾਦੀ ਨੇ ਕੀ ਬੋਲ ਬੋਲੇ ਕਹਿ ਲਗਾ ਰਾਜਾ ਫਕੀਰ ਸਾਈ ਤੁਸੀਂ ਕਿਉਂ ਚਿੰਤਾ ਤੁਰ ਹੁੰਦੇ ਹੋ ਸਾਡਾ ਸਬੰਧ ਸੰਯੋਗ ਹੀ ਇਹਨਾ ਸੀ ਜੋ ਆਇਆ ਉਸਨੇ ਜਾਣਾ ਹੈ ਪੂਰਵ ਜਨਮ ਕੇ ਮਿਲੇ ਸੰਯੋਗੀ ਇਹ ਸੰਯੋਗ ਪੂਰਵ ਜਨਮਾਂ ਦਾ ਹੁੰਦਾ ਹੈ ਇੰਨਾ ਹੀ ਸਬੰਧ ਸੀ ਤੁਸੀਂ ਚਿੰਤਾ ਤੁਰ ਕਿਉਂ ਹੁੰਦੇ ਕਈ ਵਾਰ ਤਾਂਾਂ ਕਹੀਂ ਆ ਰਾਜੇ ਨਹੀਂ ਫਿਰ ਫਕੀਰ ਸਾਈ ਨੇ ਵਿਚਾਰਿਆ ਉਸ ਦੀ istri ਨੂੰ ਦੱਸਾਂ ਮਾਂ ਨੂੰ ਮਿਲਾਂ ਸਭਨਾਂ ਨੇ ਇਹੀ ਬੋਲ ਬੜਾ ਅਸਚਲਜ ਹੋਇਆ ਫਕੀਰ ਸਾਈ ਬਾਪ ਸੇ ਆਇਆ ਉਸ ਘਰੇ ਜੰਗਲ ਵਿੱਚ ਉਸ ਬਾਲਕ ਨੂੰ ਵਿਚਾਰਿਆ ਕਿ ਇਸ ਜਗਰਾਜ ਤੋਂ ਵੀ ਪੁੱਛੀਏ ਇਸ ਤੋਂ ਵੀ ਦੇਖੀਏ ਇਹਦਾ ਪ੍ਰਵਾਹ ਤਾਂ ਨਰਮੋ ਇਸਦਾ ਵੀ ਨਿਰਭਉ ਦੇਖੀਏ ਕਿ ਆ ਜਦੋਂ ਮੈਂ ਪਹੁੰਚਿਆ ਰਾਜ ਭਾਗ ਤੇਰਾ ਤਹਿਸ ਨਹਿਸ ਹੋ ਗਿਆ ਤੂਜੇ ਰਾਜੇ ਨੇ ਧਾਵਾ ਬੁਧੇ ਸਾਜੀ ਵਿਥਿਆ ਦਸੀ ਉਸ ਜਗਰਾਜ ਨੂੰ ਜਵਾਰਾਏ ਕਹਿਣ ਲੱਗਾ ਫਕੀਰ ਸਾਈ ਜੋ ਆਇਆ ਉਸਨੇ ਜਾਣਾ ਹੈ ਇੱਕ ਦਿਨ ਇਸ ਦੀ ਵੀ ਨਹੀਂ ਰਹਿਣਾ ਰਾਜ ਭਾਗ ਪਰਵਾਹ ਜਾਨਾ ਹੈ ਐਨਾ ਹੀ ਸਵੰਦ ਸੀ ਉਹ ਕੀ ਸਾਈ ਬੜਾ પ્રસન્ન ਹੋਇਆ ਕਹਿਣ ਲੱਗਾ ਰਾਜ ਮੈਂ ਦੇਖ ਲਿਆ ਸੱਚ ਹੈ ਰਾਜਾ ਵੀ ਨਰਮੋਸ ਦਾ ਪਰਵਾਰ ਵੀ ਨਰਮੋ ਉਹ ਤੂੰ ਵੀ ਨਰਮੋ ਹੈ ਤਨ ਹੈ ਦੁ ਤਨ ਹੈ ਤੇਰਾ ਪਰਮਾ ਯਕੀ ਮੋਦੀ ਤਨ ਦੇ ਵਿੱਚ ਵਜਿਆ ਹੋਇਆ ਮਨੁੱਖ ਬਹੁਤ ਕੁਝ ਕਰਦਾ ਹੈ ਕਿਹੜੇ ਕਥਨ ਤੋਂ ਬਾਹਰੇ ਕਰਮਾਂ ਦੇ ਬੀਜ ਬੀਜ ਲੈਂਦਾ ਹੈ ਮੋਹ ਹੈ ਜੋ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਉਪਦੇਸ਼ ਦਿੰਦੇ ਨੇ ਮੋਹ ਕੋਟੰਬ ਮੋਹ ਸਭ ਕਾ ਮਨੁੱਖ ਕਾਦ ਵਿਹਾਰ ਕਰਦਾ ਮੋਹ ਹੈ ਮੋਹ ਮੁਖ ਪਰ ਕਾਲਖ ਹੋ ਜੋ ਟੱਗ ਵਿੱਚ ਮੋਹ ਹੈ ਇਹ ਸਿਖਾ ਸકલ ਵਿਕਾਰ ਰੂਪੇ ਮੋਹ ਨੇ ਇਨਨੂ ਤਿਆਗ ਦੇ ਛੱਡ ਦੇ ਮੋਹ ਆਦ ਭਰਮ ਤਜੋ ਤੁਮ ਵੀਰ ਸਾਚ ਨਾਮ ਰਦੇ ਰਵੈ ਸਰੀਰੋਂ ਆਲਾਓ ਕੀ ਭਾਈ ਅਗਿਆਨ ਭਦਮ ਵਸਤੂ ਨੂੰ ਉਰਮਾਨ ਨਾ ਇਹਨ ਦੋਨਾਂ ਨੂੰ ਤੋ ਤਿਆਗ ਦੇ ਜੋ ਸਰਬੱਤ ਰਵਣ ਕਾ ਰਿਆ ਮੇਰਾ ਵਾਹੀ ਗੁਰੂ ਪਰਮੇਸ਼ਰ ਸੋ ਸੱਚਾ ਨਾਮ ਹੀ ਜਪ ਕਿਰਦੇ ਕਰਕੇ ਪੜਾ ਬਾਣੀ ਸੇ ਸਰੀਰ ਔਰ ਬੈਕਰੀ ਬਾਣੀ ਜਪਨਾ ਕਰ ਦੇ ਸਾਚਾ ਨਾਮ ਜਾ ਨਾ ਬੰਧਿਦ ਪਾਈ ਅਦੋਬ ਪੂਤਨਾ ਕਲਪੈ ਮਾਈ ਜਬ ਸਤਨਾਮ ਰੂਪ ਨੌ ਨਿੱਧ ਪੁੱਛਨੇ ਪਾ ਲਈ ਤਬ ਪੁੱਤਰ ਜੋ ਮਨ ਹੈ ਸੋ ਪਦਾਲਤਾਂ ਦੇ ਵਾਲਤੇ ਰੋਦਾ ਨਹੀਂ ਕਰਦਾ ਰੋਦਾ ਨਹੀਂ ਕਿ ਮੈਂ ਅਜੇ ਜਗ ਤੇ ਵਿੱਚ ਵਿਚਰਦਾ ਬੜੇ ਪਦਾਲਤ ਬੜੇ ਡੱਬੇ ਚੜ੍ਹੇ ਨਹੀਂ ਉਹ ਰੋਦਾ ਨਹੀਂ ਔਰ ਮਾਇਆਪਤੀ ਈਸ਼ਵਰ ਦੇ ਕਲਪੈ ਹੂਏ ਜਾਣਦਾ ਹੈ ਬੁੱਧੀ ਨਹੀਂ ਕਲਪਦੀ ਮਾਇਆ ਦੇ ਵਾਸਤੇ ਨਹੀਂ ਕਲਪਦੀ ਬੁੱਧੀ ਕਿਉਂਕਿ ਮੋਦੀ ਤੰਦ ਵਿੱਚੋਂ ਵਜਿਆ ਨਹੀਂ ਸੱਚਾ ਨਾਮ ਪਰਮੇਸ਼ਰ ਦਾ ਹਿਰਦੇ ਘਰ ਵਿੱਚ ਵਸ ਗਿਆ ਤੇ ਨਾਮ ਦੀ ਭੁੱਖ ਨਾਮ ਦੀ ਪਿਆਸ ਇਹ ਆਪਾਦਾਰਥਾਂ ਦੀ ਸੰਸਾਰੀਆਂ ਦੀ ਕੋਈ ਕਨੌੜ ਅਦੀਨਗੀ ਨਹੀਂ ਰਹਿੰਦੀ ਰੱਬ ਦੇ ਜਨ ਕਿਉਂ ਨਹੀਂ ਕਰਦੇ ਕਾਰਨ ਉਹਨਾਂ ਦੇ ਮੋਹ ਤੇ ਅਗਿਆ ਉਹ ਮੋਹ ਦੀ ਤੰਦ ਵਿੱਚ ਨਹੀਂ ਵੱਜਦੇ ਉਹ ਬੇਮੋਹਤਾਜ ਬੇਪਰਵਾਹ ਵਿਚਿਤ ਦੇ ਨੇ ਇਹ ਤਾਂ ਮੋਹੇ ਡੂਬਾ ਸੰਸਾਰਦ ਗੋਦਮੱਖ ਕੋਈ ਉਤਰੈ ਪਾਦ ਈਤ ਮੁਹੇ ਫਿਰ ਜੂਨੀ ਪਾਹੇ ਬੋਏ ਲਾਗਾ ਜਮ ਪੁਰ ਜਾਵੇ ਪਾਤਸ਼ਾਹ ਫਰਮਾਉਂਦੀ ਨਹੀਂ ਇਹ ਸੋਹ ਕਰਕੇ ਸਾਰਾ ਸੰਸਾਰ ਡੁੱਬਿਆ ਕੋਈ ਗੋਦਮਖ ਪਾਲ ਤਦ ਨੇ ਜਿਵੇਂ ਭਾਈ ਪੇਖਾ ਦੀ ਅਕਲੌਤਾ ਪੁੱਤਰ ਸੀ ਵਿਆਹ ਹੋਇਆ ਮਿਲਤੂ ਹੋ ਗਿਆ ਉਸ ਸੀੜੀ ਪਹਿਲਾਂ ਤਿਆਰ ਕਰਦੀ ਪੰਧੜੀ ਵੀ ਸੀ ਤੇ ਔਰ ਗੋ ਸਿੱਖ ਨੇ ਕੋਤਗ ਨੂੰ ਦੇਖਿਆ ਭਾਈ ਸਾਹਿਬ ਨੇ ਦਿਖਾਇਆ ਵੀ ਉਸ ਨੂੰ ਕਿਸ ਰੂਮ ਕਮਰੇ ਵਿੱਚ ਉਹ ਪਏ ਸਨ ਕਹਿਣ ਲੱਗੇ ਇੱਕ ਪਾਸੇ ਵਾਜੇ ਵੱਜ ਰਹੇ ਨੇ ਸ਼ਹਿਨਾਈਆਂ ਖੁਸ਼ੀਆਂ ਦੇ ਵਾਜੇ ਦੂਜੇ ਪਾਸੇ ਇਹ ਸਮਾਨ ਮਿਲਤ ਕਦਾ ਬੜਾਸ ਕਿੱਜ ਹੋਏਗਾ ਭਾਈ ਸਾਹਿਬ ਕਹਿਣ ਲੱਗੇ ਸਮਾਂ ਆਵੇਗਾ ਤੈਨੂੰ ਪਤਾ ਲੱਗ ਜਾਵੇਗਾ ਸਮਾਂ ਆਇਆ ਵਿਆਹ ਹੋਇਆ ਪੁੱਤਰ ਦੇ ਸੂਦ ਹੋਇਆ ਬਿਸਤੂ ਹੋ ਗਿਆ ਤੇ ਕਈ ਸਵਾਲ ਉਸ ਗੋ ਸਿੱਖ ਨੇ ਕੀਤੇ ਭਾਈ ਵਿਖਾਰੀ ਜੀ ਤੁਸੀਂ ਬੇਨਤੀ ਕਿਉਂ ਨਹੀਂ ਕੀਤੀ ਗੁਰੂ ਸਮਰਥ ਸੀ ਰੱਖ ਲੈਦਾ ਭਾਈ ਸਾਹਿਬ ਕਹਿਣ ਲੱਗੇ ਮੈਨੂੰ ਪਤਾ ਮੇਰਾ ਗੁਰੂ ਸਮਰੱਥ ਹੈ ਜਗਤ ਦਾ ਮਾਲਕ ਹੈ ਪਰ ਉਸਦੇ ਬਾਣੀ ਵਿੱਚ ਉਸ ਦੀ ਪ੍ਰਸੰਤਾ ਹੈ ਜੇ ਬੱਚੇ ਨੇ ਕੀਤੇ ਕਿ ਵਗਾਨਾ ਤਾਂ ਇਸ ਤਰੀਕਰ ਵਿੱਚ ਹੀ ਆਈ ਇਸ ਦਾ ਕੀ ਬਣੇਗਾ ਭਾਈ ਸਾਹਿਬ ਕਹਿਣ ਲੱਗੇ ਇਸ ਦਾ ਵੀ ਹਿਸਾਬ ਕਿਤਾਬ ਸੀ ਇਹ ਪਿਛਲਾ ਇਹਨਾਂ ਦਾ ਹਿਸਾਬ ਕਿਤਾਬ ਸੀ ਇੰਜ ਖੋਣਾ ਸੀ ਇਸ ਲਈ ਜਤਮਾ ਦਾ ਲੇਖਾ ਜੋਖਾ ਕਿਉਂਕਿ ਜੋ ਉਸ ਦਾ ਭਾਣਾ ਪਰਮੇਸ਼ਰ ਦਾ ਗੁਰੂ ਦਾ ਮੰਨਣਾ ਉਸ ਤੇ ਪਰਮੇਸ਼ਰ ਦੀ ਦਇਆ ਦਾਖ ਹੈ ਭਾਣਾ ਮੰਨੇ ਸੋ ਸੁਖ ਪਾਏ ਬਾਦਸ਼ਾਹ ਫਰਮਾਉਂਦੇ ਨਹੀਂ ਰੱਬ ਦੇ ਪਿਆਰੇ ਮੋਹ ਦੀ ਤੰਦ ਵਿੱਚ ਨਹੀਂ ਵੱਜਦੇ ਭਾਵੇਂ ਕੋਟੰਬ ਪਰਵਾਦ ਵਿੱਚ ਨਹੀਂ ਪਦਾਲਤਾਂ ਵਿੱਚ ਧਨ ਆਇਆ ਵਿੱਚ ਬਦ ਉਹ ਨਿਰਲੇਪਤੀ ਅਸੰਗ ਰਹਿੰਦੇ ਨੇ ਜਿਵੇਂ ਕੰਗਲ ਦਾ ਫੁੱਲ ਰਹਿੰਦਾ ਜਲ ਵਿੱਚ ਹੈ ਜਲ ਤੋਂ ਬਿਨਾ ਕੰਗਲ ਦੇ ਫੁੱਲ ਦੀ ਹੋਂਦ ਨਹੀਂ ਨਾ ਲੇਪਤੀ ਅਸੰਗ ਰੱਬ ਦੇ ਜਨ ਗੁਰਮੁਖ ਵੀ ਇੰਜ ਰਹਿੰਦੇ ਨੇ ਇਸ ਤੋਂ ਮੋਹ ਕਰਕੇ ਫਿਰ 84 ਲੱਖ ਜੁਨੀਆਂ ਵਿੱਚ ਮਨੁੱਖ ਪਰਮ ਦਾ ਕਿਉਂਕਿ ਮਨਵਾਸ਼ ਨਾਵਾਂ ਵਿੱਚ ਲੱਗ ਗਿਆ ਮੂਹ ਦੀ ਤੰਦ ਵਿੱਚ ਵਜਿਆ ਹੋਇਆ ਮਨੁੱਖ ਮਿਲਤੂ ਹੋ ਜਾਂਦਾ ਉਹ ਜੁਨੀਆਂ ਪਹਿ ਜਾਂਦੀਆਂ ਨੇ ਇਸ ਮੋਹ ਵਿੱਚ ਲੱਗੇ ਜੀ ਜੰਮਪੁਰੀ ਨੂੰ ਜਾਂਦਾ ਹੈ ਬੇਨਤੀ ਕੀਤੀ ਗੁਰਦੇਵ ਸਤਗੁਰੂ ਅੱਗੇ ਪਾਤਸ਼ਾਹ ਜੀ ਇਹ ਸਮੋਹ ਦੀ ਨਿਵਰਤੀ ਫਿਰ ਕਿਵੇਂ ਹੁੰਦੀ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰ ਦੀਖਿਆ ਲੈ ਜਪ ਤਪ ਕਰਵਾਗੇ ਨਾਮੋ ਤੂ ਟੈ ਨਾ ਥਾਏ ਪਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਪਿਆਰਿਆ ਸਿੱਖਾ ਗੁਰ ਦੀਖਿਆ ਲੈ ਜਪ ਤਪ ਕਰਾਂਹੀਂ ਨਾਮੋ ਤੂ ਟੈ ਨਾ ਥਾਏ ਪਾਹੀ ਜੋ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਜਪ ਤਪ ਕਰਾਉਂਦੇ ਨਹੀਂ ਜਪੀਏ ਬਣ ਕੇ ਤਪੀਏ ਬਣ ਜਪਦੇ ਨੇ ਪਰਮੇਸ਼ਰ ਦੇ ਨਾਮ ਨੂੰ ਤਿਨਾਂ ਦਾ ਤਿਨਾਂ ਦਾ ਮੋਹ ਰੂ ਬੰਧਨ ਟੁੱਟਦਾ ਦਾ ਉਹ ਸਰੂਪ ਨੂੰ ਪਾਉਂਦੇ ਨੇ ਗੁਰ ਦੀ ਖਿਆਲੇ ਜਪ ਤਪ ਕਮਾਖੇ ਜੋ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਨਹੀਂ ਮੰਨਦੇ ਨਹੀਂ ਕਮਾਉਂਦੇ ਬਾਣੀ ਨਹੀਂ ਬੜਦੇ ਬਾਣੀ ਨਹੀਂ ਸੁਣਦੇ ਨਾ ਤਿਨਾਂ ਦਾ ਮੋਹ ਰੂ ਬੰਧਨ ਟੁੱਟਦਾ ਨਾ ਉਹ ਸਰੂਪ ਨੂੰ ਪਾਉਂਦੇ ਨੇ ਕੌਣ ਪਾਉਂਦੇ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਇਆ ਉਹ ਮੋਦੇ ਬੰਦਨ ਵਿੱਚ ਨਹੀਂ ਪੈਂਦੇ ਨਾਹੁ ਸਰੂਪ ਤੋਂ ਵਾਝੇ ਰਹਿੰਦੇ ਨੇ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਦੋ ਪੱਖ ਨੇ ਨਾਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਅਦਸੀ ਹੋ ਰਹੇ ਸਮਾਈ ਪਾਪਛਾ ਪਰਮਉਦੇ ਨਹੀਂ ਜਦ ਸਤਗੁਰੂ ਬਿਦਾਵਾਹੀ ਗੁਰੂ ਮਿਹਰ ਦੀ ਨਦਰ ਕਰਦਾ ਹੈ ਕਿਉਂਕਿ ਗੁਰੂ ਦੇ ਨਦਰ ਵਿੱਚ ਅੰਮ੍ਰਿਤ ਵਸਦਾ ਤਬ ਇਹ ਮੋਹ ਚਲਾ ਜਾਂਦਾ ਹੈ ਜਿਨ੍ਹਾਂ ਤੇ ਨਦਰ ਹੋ ਗਈ ਉਹ ਮੋਹ ਦੀ ਤੰਦ ਵਿੱਚ ਨਹੀਂ ਵੱਜਦੇ ਵਾਹਿਗੁਰੂ ਵਿੱਚ ਅਪੇਧ ਹੋ ਜਾਂਦੇ ਨੇ ਆਪ ਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਾਖ ਆਪਾਰ ਖੋਪਾ ਪੀ ਤੂ ਵਖਸ਼ਣ ਹਾਰ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਪਰੀਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਨੇ ਆਪ ਕਰੇ ਸੱਚ ਅਲਖਿ ਅਪਾਰਖੀ ਸੱਚੇ ਅਲਖਿ ਅਪਾਰੂਪ ਸਭ ਕੁਝ ਤੂੰ ਆਪ ਕੀ ਕਰਦਾ ਹੈ ਸਭ ਕੁਝ ਆਪ ਤੂੰ ਕਰਦਾ ਹੈ ਮੈਂ ਪਾਪੀ ਔ ਤੂੰ ਬਖਸ਼ੜੇ ਖਾਤ ਹੈ ਤੂੰ ਪਤਤ ਪਾਵਨ ਹੈ ਪਤਤ ਪਾਵਨ ਕਰ ਬਿਰਧ ਸਦਾ ਇੱਕ ਤਿੱਲ ਨਹੀਂ ਭੰਦੇ ਘਾਲੇ ਤੇਰੇ ਦਰ ਦੀ ਘਾਲਣਾ ਇੱਕ ਤਿੱਲ ਦੀ ਘਾਲਣਾ ਘਾਲੀ ਅਜਾਈ ਨਹੀਂ ਜਾਂਦੀ ਤੂੰ ਪਤ ਤਪਾਵਨ ਹੈ ਪਾਪੀਆਂ ਨੂੰ ਧਾਦਣ ਵਾਲਾ ਤੇਰਾ ਬਾਣਾ ਸਭ ਕਿਛ ਹੋਵੇ ਮਨ ਰੱਟ ਕੀਚ ਐ ਅੰਤ ਵਿਗੋਵੈ ਆਉ ਤੇਰਾ ਪਾਣਾ ਸਭ ਕਿਛ ਹੋਵੇ ਕੀ ਬਿਰੀ ਅਕਾਲ ਪੁਰਖ ਵਾਹਿਗੁਰੂ ਤੇਰਾ ਜੋ ਪਾਣਾ ਇਸ ਵਿੱਚ ਸਭ ਕੁਝ ਹੋ ਰਿਹਾ ਜੋ ਮਨ ਦੇ ਘਟ ਕਰਕੇ ਕਰੀਏ ਤੋ ਕਰਮ ਅੰਤ ਨੂੰ ਖਰਾਬ ਕਰਦੇ ਨਹੀਂ ਇਵੇਂ ਆਦਾਂ ਨੂੰ ਐਸੀ ਉਪਦੇਸ਼ ਕਰਦਾ ਮਨਮੋਖ ਕੀ ਮਤ ਕੂੜ ਵੇ ਆਪੀ ਬੇਨਰਾਜ਼ ਸਿਮਰਣ ਪਾਪ ਸੰਤਾਪੀ ਬਾਦਸ਼ਾਹ ਫਮਾਉਂਦੇ ਨਹੀਂ ਪਰਮੇਸ਼ਰ ਦੇ ਸਿਮਰਣ ਤੋਂ ਰਹਿਤ ਮਨਮੁਖਾਂ ਦੀ ਬੁੱਧੀ ਝੂਠ ਵਿੱਚ ਵਿਆਪੀ ਹੋਈ ਹੈ ਨਾਮ ਨਹੀਂ ਜਪਦੇ ਪਾਪ ਕਰਕੇ ਸੰਤਪਤ ਹੋ ਰਹੀ ਹੈ ਬੁੱਧੀ ਦੁਰਮਤ ਤਿਆਗ ਲਾਹਾ ਕਿਛਲੇਵੋ ਜੋ ਉਪਜੈ ਸੋ ਅਲਖ ਅਭੇਵ ਕੋਟੀ ਬੁੱਧੀ ਨੂੰ ਤਿਆਕੇ ਸੰਸਾਰ ਵਿੱਚ ਆਉਣੇ ਦਾ ਇਹੀ ਕੁਛ ਲਾਹਾ ਲਵੋ ਜੋ ਸੰਕਲਪ ਤੇ ਵਕਲ ਪ੍ਰਗਟ ਹੁੰਦੇ ਨੇ ਸੋ ਅਲਖ ਅਭੇਵ ਅਕਾਲ ਪੁਰਖ ਦੇ ਹੀ ਚਿੰਤਨ ਤੋਂ ਉਪਜਦੇ ਨੇ ਐਸਾ ਹੇ ਜੀਵੋ ਖੋਟੀ ਮਤੀ ਦਾ ਤਿਆਗ ਕਰ ਦੋ ਉਹ ਹਰੀ ਦਾ ਨਾਮ ਨਾਮ ਦਾ ਲਾਹਾ ਲੋ ਜੋ ਨਾਮ ਰੂਪ ਜਗਤ ਉਪਜਦਾ ਹੈ ਉਪਜੇਗਾ ਸੋ ਅਲੱਖ ਭੇਵ ਹਰੀ ਰੂਪ ਜਾਣੋ ਐਸਾ ਹਮਾਰਾ ਸਖਾਸ ਆਈ ਗੋਧਾ ਹਾ ਦੇ ਮਿਲਿਆ ਭਗਤ ਦਿਰੜਾਈ ਐਸਾ ਸਖਾ ਸਾਡਾ ਸਹਾਇਕ ਵਾਹੀ ਗੁਰੂ ਹੈ ਜਦ ਗੁਰੂ ਨੇ ਖਰੀਦੀ ਭਗਤੀ ਦਿਰੜਾਈ ਨਾਮ ਵਿਚ ਲਾ ਦਿੱਤਾ ਤਬਹੇ ਗੁਰੂ ਮਿਲਦਾ ਹੈ ਸਗਲੀ ਸੌਂਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੇ ਸਭਾ ਪਾਰਾਂ ਵਿੱਚ ਕਾਟਾ ਹੁੰਦਾ ਹੈ ਇੱਥੇ ਮੇਰੇ ਮਨ ਵਿੱਚ ਰਾਮ ਦਾ ਹੀ ਨਾਮ ਭਉਂਦਾ ਹੈ ਆਸਾ ਮਹਲਾ ਉਹ ਬਹਿਲਾਉ ਚੋਬਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਦੀ ਮਹੱਤਤਾ ਬਿਆਨ ਕਰਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ ਵਿਦਿਆ ਵਿਚਾਰੀ ਤਾਂ ਪਾਰਿ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਵਿਦਿਆ ਵਿਚਾਰੀ ਹੋਈ ਉਹੀ ਸਫਲ ਹੈ ਜੋ ਪਰਉਪਕਾਰੀ ਹੋ ਜਾਵੇ ਜਗਤ ਦਾ ਭਲਾ ਕਰੇ ਪਾਰਿ ਉਪਕਾਰ ਕਰੇ ਜਿਵੇਂ ਵਿਆਸ ਲਿਖੀ ਦੀ ਜਾ ਰਹੀ ਸੀ ਗੰਗਾ ਦੇ ਕਿਨਾਰੇ ਜਾ ਰਹੀ ਨਾਲ ਸੇਵਕ ਨੇ ਇੱਕ ਵਿਛੂ ਜੀਵ ਜਲ ਵਿੱਚ ਤੜਫ ਰਿਆ ਸੀ ਬਾਹਰ ਕੱਢਣ ਲੱਗੇ ਡੰਗ ਮਾਰਿਆ ਦੁਬਾਰਾ ਫੇਰ ਕੱਢਣ ਲੱਗੇ ਫੇਰ ਡੰਗ ਮਾਰਿਆ ਸੇਵਕ ਬੋਲੇ ਆ ਵਾਹ ਕੋਲ ਖੋ ਰਹਿਣ ਦੋ ਉਹ ਡੰਗ ਮਾਰਿਆ ਵਿਆਸ ਲਿਖੀ ਨੇਤੀ ਜੀ ਵਾਰ ਬਾਹਰ ਕੱਢ ਦਿੱਤਾ ਬਿਆਸ ਜੀ ਕਹਿਣ ਲਗਾ ਬਿਆਸ ਜੀ ਖੀਜੀ ਕਹਿਣ ਲਗੇ ਸੇਵਕ ਇਸ ਦਾ ਸੁਭਾਅ ਖੈ ਡੰਗ ਮਾਰਨਾ ਇਹ ਆਪਣਾ ਖੱਟ ਨਹੀਂ ਛੱਡਦਾ ਪਰ ਸਾਡਾ ਸੁਭਾਅ ਹੈ ਪਰੀ ਉਪਕਾਰ ਕਰਨਾ ਫਿਰ ਅਸੀਂ ਕਿਵੇਂ ਛੱਡਦੇ ਕੀ ਇਸ ਦਾ ਸੁਭਾਅ ਖੈ ਡੰਗ ਮਾਰਨਾ ਇਹ ਸੁਭਾਅ ਛੱਡਦਾ ਨਹੀਂ ਸਾਡਾ ਸੁਭਾਅ ਪਰੀ ਉਪਕਾਰ ਕਰਨਾ ਤਾਂ ਅਸੀਂ ਕਿਵੇਂ ਛੱਡਦੇ ਜੋ ਸਤਗੁਰੂ ਪਾਤਸ਼ਾਹ ਦੇ ਪਾਵਨ ਬਚਨ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਾਦੀ ਉਪਕਾਰੀ ਵਿਦਿਆ ਵਿਚਾਰੀ ਹੋਈ ਉਹੀ ਸਫਲ ਜੋ ਪਾਦੀ ਉਪਕਾਰੀ ਬਣ ਜਾਵੇ ਤੀਰਥਵਾਸੀ ਹੋਣਾ ਤਾਂ ਹੀ ਸ੍ਰੇਸ਼ਟ ਤੇ ਉਤਮ ਹੈ ਕਿ ਤੀਰਥਵਾਸੀ ਹੈ ਜੋ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਾ ਬਕਾਰਾਂ ਤੇ ਮਨ ਨੂੰ ਸੱਚਾ ਕਰੀ ਰਹਿਤ ਹੋ ਜਾਵੇ ਇਨਾ ਬਕਾਰਾਂ ਤੋਂ ਉਹ ਤੀਤ ਵਸੀ ਹੋਣਾ ਚੰਗਾ ਉਤਮ ਹੈ ਘੰਗਰੂ ਵਾਜੈ ਜੇ ਮਨ ਲੱਗ ਤੋ ਜੰਮ ਕਹਾ ਕਰੇ ਬੋਲ ਸਿਓ ਆਗੈ ਆਉ ਘੰਗਰੂ ਵਾਜੈ ਜੇ ਮਨ ਲੱਗੈ ਕੀ ਵਿਦੇਵਾ ਹੈ ਗੁਰੂ ਕੋ ਗੁਰੂ ਤਾਂ ਹੀ ਵਜਾਉਣੇ ਸਫਲ ਨੇ ਜੇ ਕਰ ਤੇਰੇ ਵਿੱਚ ਵਿਰਹ ਮੰਨ ਲੱਗ ਜਾਵੇ ਜਦ ਘੋੜੂ ਵਾਜੇ ਤਬ ਹੀ ਮਨ ਲੱਗ ਜਾਵੇ ਅੰਤ ਕਾਲ ਵਿੱਚ ਵੀ ਸਿਮਰਨ ਹੋਵੇ ਤੇਰਾ ਨਾਮ ਤੂੰ ਚਿੱਤੇ ਆਵੇਂ ਤਵੱਗੇ ਪਰਲੋਕ ਵਿੱਚ ਮੈਨੂੰ ਜਮ ਕੇ ਆ ਕਰੇਗਾ ਕੁਛ ਨਹੀਂ ਕਰੇਗਾ ਜਮ ਦੇੜੇ ਵੀ ਨਹੀਂ ਆਉਂਦਾ ਜੋ ਜਪਦੇ ਨਹੀਂ ਵਿਦੇਵਾਹੀ ਗੁਰੂ ਆਸ ਜੇਦਾ ਸੀ ਤੋ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਸਦ ਪ੍ਰਕਾਰ ਦੀ ਆਸ ਤੇ ਨਿਰਾਸ਼ਾ ਹੋ ਜਾਵੇ ਕੋਈ ਆਸ ਨਾ ਰੱਖੇ ਤੋ ਸੰਿਆਸੀ ਹੁੰਦਾ ਜਤ ਧਾਰੀ ਜਤੀ ਜੋਗੀ ਤਾ ਹੀ ਹੈ ਜੋ ਦੇ ਦੇ ਅੰਤ ਹੀ ਆਤਮਾ ਆਨੰਦ ਦਾ ਭੋਗਤਾ ਹੋ ਜਾਵੇ ਦੇਹੰ ਅਭਾਵ ਹੋ ਜਾਵੇ ਦਇਆ ਦੇ ਗੰਬਰ ਦੇਵੀ ਚਾਰੀ ਆਪ ਬਰ ਅਵਰਾਂ ਦੇ ਮਾਰੀ ਦੇਗੰਬਰ ਤੋ ਹੀ ਹੁੰਦਾ ਜੋ ਮਨੁੱਖਾ ਦੇਹੀ ਨੂੰ ਪਾ ਕੇ ਸਭ ਜੀਵਾਂ ਪਰ ਦਇਆ ਦਾ ਵਿਚਾਰੀ ਕਿ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਬਮਾਨ ਜੋ ਅਬਮਾਨੀ ਹੰਕਾਰੀਓ ਪਾਪ ਕਰੇਗਾ ਦਇਆ ਜਿਸ ਦੇ ਹਿਰਦੇ ਵਿੱਚ ਉਹ ਧਰਮੀ ਹੋਵੇਗਾ ਕਿ ਮੂਲ ਦਇਆ ਧਰਮ ਕਾ ਮੂਲ ਹੀ ਦਇਆ ਹੈ ਇਹ ਬੀਬੀ ਰਹਿਮਤ ਸੀ ਮੁਸਲਮਾਨ ਮੱਥ ਵਿੱਚ ਹੋਈ ਹਜ ਕਰਨ ਵਾਸਤੇ ਗਈ ਸ਼ਾਹਕਾਰ ਨੂੰ ਆਖਿਆ ਮੈਂ ਹਜ ਕਰਨਾਂ ਇਬਰਾਹੀਮ ਗੰਬਦ ਦਾ ਸੰਗ ਜਾ ਰਹੀ ਆ ਸੀ ਨੇ ਸਦਸਮਾਨ ਦੇ ਦਿੱਤਾ ਜੀਬੀ ਰਬੀ ਨਾਲ ਚੱਲ ਗਈ ਹਜ ਕਰਨ ਵਾਸਤੇ ਰਸਤੇ ਵਿੱਚ ਘਣਾ ਜੰਗਲ ਆਇਆ ਨਵਾਜ਼ ਦਾ ਟਾਈਮ ਹੋਇਆ ਅਜ ਕੀਤੀ ਕਿ ਮੈਂ ਨਵਾਜ਼ ਅਦਾ ਕਰਕੇ ਆਉਂਦੀ ਹਾਂ ਤੁਸੀਂ ਚੱਲੋ ਸੰਗ ਅੱਗੇ ਚਲਾ ਗਿਆ ਬੀਬੀ ਰੇਬਾ ਨਵਾਜ਼ ਨੇ ਅਦਾ ਕੀਤੀ ਪ੍ਰਭੂ ਦੇ ਗੁਣ ਗਾਏ ਜਦੋਂ ਉઠી ਉਸ ਖੁਦਾ ਗਏ ਅੱਲਾਹ ਤਾਲਾਹ ਗੇ ਅਦਾਸ ਕਰਕੇ ਆਵਾਜ਼ ਕੰਨਾਂ ਵਿੱਚ ਪਈ ਬੱਚੇ ਰੋ ਰਹੇ ਸੀ ਕੁਕਰੀ ਕੁੱਤੇ ਦੇ ਜੋ ਬੜੇ ਪਿਆਸੇ ਨੈ ਦੇ ਕੀ ਖੂਹ ਹੈ ਜਨਖੈ ਮਨ ਵਿੱਚ ਵਿਚਾਰੇ ਆ ਇਹ ਪਿਆਸੀ ਨੀ ਵਿਚਾਰੇ ਕਿਉਂ ਨਾ ਇਹਨਾਂ ਨੂੰ ਜਲ ਪਿਆਵਾਂ ਸਿਰ ਕੀ ਸੋਭ ਉਤਾਰ ਕੇ ਆਤਮ ਚੀਨੀ ਹੋ ਦਾ 60 ਕੋਸ ਮੱਕਾ ਮਿਲੈ ਦੇਖ ਦਿਆ ਕੇ ਕਾਂ ਸਿਰ ਦੇ ਵਾਲ ਕਟੇ ਕਪੜਾ ਨਾਲ ਬਨੇ ਆ ਜਲ ਪਿਆ ਆ ਉਸ ਕੂਕਰੀ ਦੇ ਬੱਚਿਆਂ ਨੂੰ ਮੱਕੇ ਦੇ ਦਰਸ਼ਨ ਉੱਥੇ ਹੀ ਹੋ ਗਏ ਜਦੋਂ ਇਬਰਾਹੀਮ ਪੈਗੰਬਰ ਸੰਗ ਪਹੁੰਚਿਆ ਮਜੌਦਾ ਨੇ ਦੱਸਿਆ ਕਿ ਇੱਥੋਂ 60 ਕੋਤੇ ਇੱਕ ਬੀਬੀ ਹੈ ਵਕਾ ਜੀ ਉਹਨਾਂ ਨੂੰ ਦਰਸ਼ਨ ਦੇਣ ਗਏ 60 ਕੋਤੇ ਆਪ ਪ੍ਰਭੂ ਚੱਲ ਕੇ ਆਇਆ ਖੁਦਾ ਆ ਕਿ ਦਇਆ ਉਹਨਾਂ ਬਾਲਕਾਂ ਤੇ ਕੀ ਕਿ ਉਹ ਸਤਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਇਹ ਪਾਵਨ ਵਚਨ ਕਹਿੰਦੇ ਨੇ ਦਇਆ ਦਿਗੰਬਰ ਦੇਹ ਵਿਚਾਰੀ ਜਦੋਂ ਇਬਰਾਹੀਮ ਗੰਬਰ ਵਾਪਸੇ ਆਇਆ ਨਾਲ ਸੰਗ ਹੈ ਇਹ ਵੀ ਦੇ ਬਾਪ ਪ੍ਰਭੂ ਦੇ ਗੁਣਗਾ ਰਹੀ ਹੈ ਜੰਗਲ ਦੇ ਜਾਨਵਰ ਬੈਠੇ ਨਹੀਂ ਸ਼ੇਰ ਆਦਿ ਪਰ ਜਦੋਂ ਦੇਖਿਆ ਸੰਗ ਆ ਰਿਹਾ ਹੈ ਇਬਰਾਹੀਮ ਪਗੰਬਰ ਸਭ ਜਾਨਵਰ ਭੱਜ ਗਏ ਪੇ ਪਹਿਲਾ ਇੱਕ ਸਵਾਲ ਸੀ ਪੇ ਦੋ ਹੋ ਗਏ ਪੁੱਛਿਆ ਵੀ ਵੀ ਰਹਿਮਾਨ ਇਹ ਜਨਵਰ ਸਾਨੂੰ ਦੇਖ ਕੇ ਕਿਉਂ ਭਜੇ ਨੇ ਪੀਰੇਮਾਨੇ ਕਿਹਾ ਤੁਸੀਂ ਰਸਤੇ ਵਿੱਚ ਆਉਂਦਿਆਂ ਨੇ ਅਖਾੜ ਮਾਸ ਦਾ ਕੀਤਾ ਹੋਵੇਗਾ ਤੁਸੀਂ ਵਿਰੋਧੀ ਹੋਏ ਨਾ ਤੇ ਮੰਨ ਲਏ ਇਹ ਸੱਚ ਹੈ ਰਸਤੇ ਵਿੱਚ ਅਸੀਂ ਮਾਸ ਦਾ ਅਖਾੜ ਕੀਤਾ ਇਸ ਸਾਦੀ ਵਿਥਿਆ ਦਸੀ ਇੱਥੇ ਦੱਸਿਓ ਤੈਨੂੰ ਕਿਵੇਂ ਹੋ ਗਏ ਕਿ ਮੈਂ ਬੱਚਿਆਂ ਨੂੰ ਜਲ ਭਲਾਇਆ ਕਿਉਂਕਿ ਦਇਆ ਜੋ ਦਇਆਵਾਰ ਮਨੋਕੁਸ਼ਤੀ ਪਰਮੇਸ਼ਵਰ ਖੁਦਾ ਵੀ ਖੁਸ਼ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਇਹ ਬਚਨ ਕਹਿੰਦੇ ਨੇ ਦਇਆ ਦਾ ਗੰਬਦ ਦੇਹੀ ਵਿਚਾਰੀ ਆਪ ਮਰੈ ਅਬਰਾ ਨਹਿ ਮਾਰੀ ਜੇ ਗੰਭਰ ਤਾਂ ਹੀ ਹੁੰਦਾ ਜੋ ਮਨੁੱਖਾ ਦੇਹ ਨੂੰ ਪਾ ਕੇ ਸਭ ਜੀਵਾਂ ਪਰ ਦਇਆ ਦਾ ਵਿਚਾਰੀ ਹੋ ਜਾਵੇ ਆਪ ਖੇਦ ਸਹਾਰ ਲਵੇ ਦੁੱਖ ਸਹਾਰ ਲਵੇ ਆਪ ਕਿਸੇ ਨੂੰ ਮਾਰਨੇ ਖਾਣਾ ਨਾ ਖੋਵੇ ਉਹਨਾਂ ਨੂੰ ਦੁੱਖ ਨਾ ਦੇਵੇ ਜੋ ਮਨੁੱਖ ਜੀਵ ਕਾਤ ਕਰਦੇ ਨਹੀਂ ਮਾਸ ਖਾਂਦੇ ਨਹੀਂ ਉਹਨਾਂ ਤੇ ਪ੍ਰਭੂ ਖੁਸ਼ ਨਹੀਂ ਕਿ ਜੀਵ ਹੱਤੇ ਆ ਉਹ ਪਾਪਾਂ ਦੀ ਭਾਗੀ ਬਣ ਜਾਂਦੇ ਨੇ ਇੱਕ ਤੂੰ ਹੋਰ ਵੇਸ ਬਹੁ ਤੇਰੇ দানਕ ਜਾਣੈ ਚੋਜਨਾ ਤੇਰੇ ਧੇਕ ਬਹੁਤ ਹੈ ਸੋ ਇੱਕ ਤੂੰ ਹੀ ਹੈ ਇੱਕ ਤੂੰ ਹੋਰ ਵੇਸ ਬਹੁ ਤੇਰੇ ਬੜੇ ਭੇਖ ਨੇ ਪਰ ਇੱਕ ਤੂੰ ਹੀ ਹੈ ਤੇਰੇ ਚੋਜ ਬਲਾਸ ਜਾਣੇ ਨਹੀਂ ਜਾਂਦੇ ਇਹ ਮੇਰੇ ਪ੍ਰਭੂ ਤੂੰ ਚੋਜੀ ਪ੍ਰੀਤਮਖ ਹੈ ਪਿੰਨ ਪਿੰਨ ਚੋਜ ਕਰਦਾ ਹੈ ਦੇਖਦਾ ਹੈ ਆਸਾ ਮਗਲ ਮਹਿਲਾ ਇੱਕ ਨਾ ਭਰੀਆਂ ਗੁਣ ਕਰ ਤੋਵਾ ਵੇਦਾ ਸੋ ਜਾਗੇ ਖੌਂ ਦੇਸ ਪਰ ਸੋਵਾ ਇਕਨਾ ਭਰੀਆਂ ਗੁਣ ਗਦ ਧੋਵਾ ਵਿਦਾ ਸੋ ਜਾਗੇ ਹੋ ਦੇਸ ਪਰ ਸੋਵਾ ਮੈਂ ਇੱਕ ਪਾਪ ਕਰਕੇ ਭਰੀ ਹੋਈ ਨਹੀਂ ਖਾਂ ਕਿ ਕਿਸੇ ਗੁਣ ਸੇ ਉਸ ਪਾਪ ਨੂੰ ਧੋ ਕੇ ਸ਼ੁੱਧ ਹੋ ਜਾਵਾਂ ਜਗਿਆਸੂ ਦੀ ਬੇਨਤੀ ਰੱਬ ਦੇ ਜਨ ਅਗੇ ਹੈ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਪਿਆਰਿਓ ਇੰਜ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਕਿ ਹੇ ਮੇਰੇ ਪਰਵਤਗਾਦ ਰੱਬ ਦੇ ਜਨੋ ਸੰਤੋ ਮੈਂ ਇੱਕ ਪਾਪ ਕਰਕੇ ਭਰੀ ਹੋਈ ਨਹੀਂ ਜੋ ਕਿਸੇ ਗੁਣ ਸੇ ਉਸ ਪਾਪ ਨੂੰ ਧੋ ਕੇ ਸ਼ੁੱਧ ਹੋ ਜਾਵਾਂ ਕਿ ਮੇਰੇ ਵਿੱਚ ਤਾਂ ਅਨੰਤ ਪਾਪ ਨੇ ਸਭੇ ਆਵ ਗੁਣ ਵਹਿ ਗੁਣ ਨਹੀਂ ਕੋਈ ਸਾਰੇ ਯੋਗਣ ਦੇ ਕੋਈ ਵੀ ਗੁਣ ਨਹੀਂ ਏਓ ਕਿਉ ਕੰਤ ਪਿਆਰੀ ਹੋਵਾ ਸੋ ਜਾਗੈ ਹੋਂ ਦਿਸ ਪਰ ਸੋਵਾ ਆਉ ਐਸੀ ਮੈਂ ਕਿਸ ਪ੍ਰਕਾਰ ਪਤੀ ਦੀ ਪਿਆਰੀ ਹੋ ਜਾਵਾਂਗੀ ਮੇਰਾ ਪਤੀ ਤੋ ਜਾਗਦਾ ਰਹਿੰਦਾ ਹੈ ਇਕੋ ਸਤਗੁਰ ਜਾਗਦਾ ਹੋਰ ਜਗ ਸੁੱਤਾ ਬਹੁ ਪਿਆ ਉਹ ਜਾਗਦਾ ਹੈ ਮੇਰਾ ਮਾਲਕ ਸੌਂਦਾ ਨਹੀਂ ਮੇਰਾ ਪਤੀ ਤਾਂ ਜਾਗਦਾ ਰਹਿੰਦਾ ਸੀ ਮੈਂ ਰਾਤ ਤੋਂ ਬਾਅਦ ਸੁੱਤੀ ਰਹਿੰਦੀ ਖਾਂ ਭਾਵੇਂ ਕਿ ਪਤ ਤੋ ਚੇਤਨ ਦੇਵਕ ਹੈ ਮੈਂ ਅਵਿਦਿਆ ਨਿੱਦ ਦਾ ਕਰਕੇ ਗ੍ਰਸਤ ਅਵਸਥਾ ਪਰ ਸੋ ਰਹੀ ਆਲਸੋ ਪਿਆ ਸੀ ਸੇਜ ਆਵਾਂ ਆਗੇ ਸਹਿ ਪਾਵਾਂ ਕੀ ਨਾ ਪਾਵਾਂ ਬੇਦਿਨੀ ਆਸਾਂ ਇੱਛਾ ਕਰਕੇ ਭੀ ਅਸੀ ਹੋਈ ਸ਼ਰਧਾ ਦੂਪ ਸੇਜਾਂ ਪਰ ਆਵਾਂ ਤੋ ਵੀ ਸੰਦੇਹ ਰਹਿੰਦਾ ਕਿ ਅਗਲੇ ਮੇਰੇ ਅਪਨਾਤਾ ਕਰਕੇ ਸੋਹ ਮੇਰੇ ਪਤੀ ਪਰਮੇਸ਼ਰ ਨੂੰ ਚੰਗੀ ਲੱਗਾ ਜਾਂ ਨਾ ਲੱਗਾ ਇਸ ਦੀ ਦਿਆਲਤਾ ਹੈ ਆਸ ਪਿਆਸੀ ਸਿਜ ਜਾਵਾਂ ਇਸਾ ਮਿਲਣ ਦੀ ਹੈ ਇੱਛਾ ਮਿਲਣ ਦੀ ਤਾਂਗ ਹੈ ਪਿਆਸੀ ਹਾਂ ਸ਼ਰਧਾ ਰੂਪ ਸੇਜਾਂ ਪੜੀ ਆ ਜਾਵਾਂ ਤੋ ਵੀ ਇਹ ਸੰਸਾਰ ਤੇ ਸੰਦੇਹ ਰਹਿੰਦਾ ਕਿ ਅਗਲੇ ਮੇਰੇ ਅਪਰਾਧਾਂ ਕਰਕੇ ਕਿਉਂ ਮੈਂ ਪਾਪਨ ਖਾਂ ਸਾਦੇ ਉਹ ਆਵਰ ਗੋਣ ਮਹ ਗੁੜ ਨਹੀਂ ਕੋਈ ਕਿਉਂ ਕਦ ਕੰਤ ਮਲਾਵਾ ਹੋਈ ਕਿਵੇਂ ਮਲਾਵਾ ਹੋਵੇ ਕਿਵੇਂ ਸਹਪਤੀ ਨੂੰ ਚੰਗੀ ਲੱਗਾ ਜਾਂ ਨਾ ਲੱਗਾ ਕਿਆ ਜਾਣਾਂ ਕਿਆ ਹੋਏਗਾ ਦੀ ਮਾਈ ਹਰ ਦਰਸ ਤੇ ਦਵੇਂ ਰਹੇ ਨਾ ਜਾਈ ਆਉਗਾ ਏ ਸੰਤ ਜਨੋ ਰੱਬ ਦੇ ਪਿਆਰੀਓ ਨਾ ਜਾਣੇ ਕਿਆ ਮੇਰਾ ਹਾਲ ਹੋਵੇਗਾ ਖਦੀ ਦੇ ਦਰਸ਼ਨ ਬਿਨਾ ਮੇਰੀ ਤੋ ਰਿਹਾਂ ਨਹੀਂ ਜਾਂਦਾ ਦਰਸ਼ਨ ਦੀ ਬਿਲਾਖਾ ਇੱਛਾ ਖੈ ਪ੍ਰੇਮ ਨਾ ਚਾਖਿਆ ਮੇਰੀ ਤਿਸਨ ਬੁਝਾਨੀ ਗਿਆ ਸੋ ਜੋਬਨ ਧਨ ਪਛਤਾਨੀ ਅਰੇ ਪ੍ਰੇਮ ਰਸ ਨਹੀਂ ਚਖਿਆ ਇਸ ਕਰਕੇ ਮਰੀ ਤ੍ਰੇਖਾ ਦੂਦ ਨਹੀਂ ਕੋਈ ਜਬ ਜੋਬਨ ਜਵਾਨੀ ਸੀ ਮਨੋਕ ਸਰੀਰ ਚੱਲਾ ਜਾਂਦਾ ਰਹੀਂ ਤੰਨੀ ਇਸ ਤਰੀ ਤਵ ਮੈਂ ਪਛਤਾਵਾ ਕਰਾਂਗੀ ਪਛਤਾਵਾਂਗੀ ਗਿਆ ਸੋ ਜੋਬਦ ਧਨ ਪੁਛਤਾਨੀ ਕਿਉਂਕਿ ਜਵਾਨੀ ਸਦੀਵੀ ਨਹੀਂ ਰਹਿੰਦੀ ਜਵਾਨੀ ਗਈ ਬਡੇਪਾ ਆਇਆ ਉਮਰਾਂ ਲੱਗੀ ਕਿਨਾਰੇ ਇੱਕ ਦਿਨ ਬਡੇਪਾ ਆ ਜਾਣਾ ਅਜੇ ਸੋ ਜਾਗੋ ਆਸ ਤੇ ਆਸੀ ਭਾਈ ਲੇ ਉਦਾਸੀ ਰਹੋ ਨਰਾਸੀ ਆਹ ਅਭੀ ਤਾਂ ਮੈਂ ਮਿਲਣੇ ਦੀ ਆਸ ਦੀ ਪਿਆਸਾ ਕਰਕੇ ਜਾਗਦੀ ਹਾਂ ਕਿ ਕਦੋਂ ਤਾਂ ਮੇਰਾ ਪ੍ਰੀਤਮ ਬੁਲਾਵੇਗਾ ਉਦਾਸੀਨ ਉਦਾਸੀਨ ਪਈ ਸੰਸਾਰ ਤੋਂ ਨਰਾਸ ਰਹਿੰਦੀ ਮਨ ਵਿਰਾਗੀ ਹੋ ਗਿਆ ਬਿਲਣ ਦੀ ਇੱਛਾ ਹੈ ਮਨ ਮੈਰਾਗ ਭਿਆ ਦਰਸਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਜਦੋਂ ਮਨ ਮੈਰਾਗੀ ਸਮਝੋ ਰੰਗ ਲੱਗਿਆ ਤਰਲੋਕੀ ਦੇ ਮਾਲਕ ਦੀ ਇਹ ਬਖਸ਼ਿਸ਼ ਹੈ ਜਦੋਂ ਮਨ ਵਿਰਾਗੀ ਹੋ ਜਾ ਖੋ ਮੈ ਕੋਲ ਕੇ ਦੀ ਸੀਗਾਰ ਤੋ ਕਾਵਣ ਸੀ ਜੈ ਰਵੈ ਪਤਾਦ ਹੰਤਾ ਤੇ ਮਮਤਾ ਨੂੰ ਨਸ਼ਟ ਕਰਕੇ ਸਤ ਸੰਦੋਗ ਆਦਿ ਸੁਆਪਣਾ ਜਬ ਸ਼ਿੰਗਾਰ ਕਰੇ ਗੁਣਾ ਦਾ ਦੇਵੀ ਸੰਭਤਾ ਦਾ ਤਬ ਜਗਿਆ ਸਰੂਪੇ ਤ੍ਰਿਦੀ ਸੀਜਾ ਪਰ ਪਤੀ ਰਮਣ ਕਰਦਾ ਤੇ ਤਤ ਲੋਕੀ ਦੇ مالک ਦਾ ਵੇਲ ਹੁੰਦਾ ਹੈ ਤੋ ਨਾਨਕ ਕੰਤੈ ਮਨ ਭਾਵੈ ਛੋੜ ਬੜਾਈ ਆਪਣੇ ਖਸਮ ਸਵਾਵੈ ਆਵਾ ਤੂ ਇਸ ਪ੍ਰਕਾਰ ਮੇਰੇ ਕੰਤ ਪਰਮੇਸ਼ਰ ਨੂੰ ਪਾਉਂਦੀ ਹੈ ਤੋ ਆਪਣੀ ਵਡਿਆਈ ਨੂੰ ਛੱਡ ਕੇ ਪਿਆਰੇ ਹੀ ਵਿੱਚ ਸਵਾ ਜਾਂਦੀ ਹੈ ਆਸਾ ਵਖਲਾ ਮਹਿਲਾ ਪੇਵਕੜੈ ਧਨ ਖਰੀ ਇਆਣੀ ਤਿਸ ਸਹਿ ਕੀ ਮੈ ਸਾਰ ਨਾ ਜਾਣੀ ਮੈਂ ਤਨ ਇਸ ਤ੍ਰਿਪਤਾ ਦੇ ਘਰ ਵਿੱਚ ਇਸ ਲੋਕ ਵਿੱਚ ਬੜੀ ਮੂਰਖਤਾ ਨਾਲ ਭੜੀ ਰਹੀ ਕਿਉਂਕਿ ਇਹ ਪੇਕਾ ਕਰ ਹੈ ਜਗਤ ਸੰਸਾਰ ਇਸ ਦੀ ਦੀਨਿਆਈ ਪੁਰਖਿਕ ਪਰਮਾਤਮਾ ਇ ਆਪਣਾ ਪੇਕਾ ਘਰ ਸੌਦਾ ਘਰ ਕਿਹੜਾ ਪਰਲੋਕ ਜਿੱਥੇ ਆਪਾਂ ਵਿਦੂ ਹੋ ਕੇ ਜਾਣਾ ਤੇ ਵਕੜਾ ਤਨ ਖਰੀ ਇਆਣੀ ਤਿਸ ਸਹਿ ਕੀ ਮੈਂ ਸਾਰਾ ਨਾ ਜਾਣੀ ਕਹਿੰਦੇ ਤਸੀਂ ਆਪਣੇ ਸੁਆਮੀ ਪਤੀ ਪਰਮੇਸ਼ਰ ਦੇ ਗੁਣਾਂ ਦੀ ਸਾਰ ਨਹੀਂ ਸਮਝੀ ਕਿ ਮੇਰੇ ਤੇ ਬੜੇ ਪਾ ਦੀ ਉਪਕਾਰ ਕੀਤੇ ਸੁਖ ਆਰਾਮ ਭੋਗ ਰਸ ਦਿੱਤੇ ਮੈਂ ਜਾਣੇ ਨਹੀਂ ਸੋ ਮੇਰਾ ਇੱਕ ਦੂਜਾ ਨਹੀਂ ਕੋਈ ਨਦਰ ਕਰੀ ਮੇ ਲਾਵਾ ਹੋਈ ਆਵਾ ਮੇਰਾ ਸੁਆਮੀ ਪਤੀ ਇੱਕ ਹੈ ਉਸ ਦੇ ਬਰਾਬਰ ਦੂਜਾ ਕੋਈ ਵੀ ਨਹੀਂ ਜੋ ਉਹ ਕਿਰਪਾ ਦੀ ਨਦਰ ਕਰਦਾ ਤੇ ਤਮਲਾਬ ਹੁੰਦਾ ਹੈ ਕਿ ਉਸਦੀ ਦਦ ਦੇ ਵਿੱਚ ਹੀ ਅੰਦਰ ਤੇ ਵੱਸਦਾ ਹੈ ਸੋੜੜਾ ਧਨ ਸਾਚੁ ਪਛਾਣਿਓ ਸੇਜ ਸੁਭਾਈ ਆਪਣਾ ਪਰ ਜਾਣਿਆ ਜਿਸ ਧਨ ਇਸਤਰੀ ਨੇ ਸੋਹ ਦੇ ਪਰਲੋਕ ਕਾ ਜਾਣਾ ਬਰਨਾ ਸਤ ਜਾਣ ਲਿਆ ਕਿ ਇੱਕ ਦਿਨ ਮੈਂ ਜਾਣਾ ਹੈ ਇੱਕ ਦਿਨ ਇਸ ਸੁੰਧ ਦਤਨ ਨੂੰ ਛੜਕੇ ਜਾਣਾ ਪਰ ਲੋਕ ਦੇ ਸੁਖ ਵਾਸਤੇ ਸਤ ਸਦੂਗ ਨੂੰ ਪਹਿਚਾਨ ਲਿਆ ਨਾਮ ਜਪਣ ਲੱਗ ਗਏ ਤੇ ਸਹਿਜ ਸੁਭਾਅ ਆਪਣੀ ਪਤੀ ਨੂੰ ਜਾਣਿਆ ਜੋ ਤੇ ਦੇਵੇ ਨਾ ਦੂਜਾ ਕੋਈ ਵੀ ਨਹੀਂ ਗੁਰ ਪਰਸਾ ਦੀ ਐਸੀ ਮਤ ਆਵੇ ਤਾਂ ਕਾਵਣ ਕੰਤ ਮਨ ਭਾਵੇ ਗੁਰੂ ਦੀ ਕਿਰਪਾ ਤੇ ਜਬ ਐਸੀ ਬੁੱਧੀ ਪ੍ਰਾਪਤ ਹੋ ਜਾਵੇ ਤਾਂ ਉਹ istri ਆਪਣੇ ਸੁਆਮੀ ਪਤੀ ਦੇ ਮਨ ਵਿੱਚ ਬੜੀ ਪਿਆਰੀ ਲੱਗਦੀ। ਫਿਰ ਤਲੂਕੀ ਦਾ ਵਾਲ ਬੜਾ ਪਿਆਰ ਕਰਦਾ। ਕਹਿਤ ਨਾਨਕ ਤੇ ਬਾਬਾ ਕਾ ਕਰੇ ਸੀਗਾ। ਸਦਹੀ ਸੇ ਜੈ ਰਵ ਭਤਾਂ ਤੋ। ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਬਚਨ ਕਹਿੰਦੇ ਨੇ ਪਿਆਰਿਓ ਕਹਿ ਤਨਾਦਿ ਘ ਭੈ ਭਾਵ ਕਾ ਕਰੀ ਸਿੰਗਾਰ ਸਦ ਹੀ ਸਿਜੈ ਰਵੈ ਪਥਾਰ ਜਬ ਭੈ ਤੇ ਭਾਵ ਦਾ ਸ਼ਿੰਗਾਰ ਕਰੇ ਤੋ ਸੁਆਮੀ ਪਤੀ ਪਰਮੇਸ਼ਰ ਉਦੀ ਸਿਜਾ ਪਰ ਸਰੀਵ ਕਾਲ ਰਮਣ ਕਰਦਾ ਹੈ ਭਾਵ ਉਸ ਨੂੰ ਪ੍ਰਗਟ ਰਹਿੰਦਾ ਹੈ ਸਾਹਿਯਤ ਕਾ ਤੇ ਕੈਸੀਆਂ ਬਖਸ਼ੀਸ਼ਾਂ ਤੇ ਆਨੰਦ ਹੀ ਆਨੰਦ ਰਸ ਹੀ ਰਸ ਇਸ ਅਮੋਲਕ ਜਨਮ ਦਾ ਉਸ ਜਗਿਆਸੂ ਰੂਪ ਇਸਤਰੀ ਨੇ ਫਿਰ ਲਾਹਾ ਲੈ ਲਿਆ ਸਤ ਗੁਰੂ ਦੇ ਅਬਦੇਹ ਤੇ ਚਲੀਏ ਗੁਰ ਸ਼ਬਦੀ ਗੁਰਮਤੀਏ ਬਣੀ ਕਿਉਂਕਿ ਇਹ ਜਨਮ ਮਿਲਣ ਦੀ ਵਾਦੀ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਦੀ ਹੈ ਮਿਲਣਾ ਹੈ ਵਿਛੜੇ ਹੋਏ ਖਾਂ ਉਸ ਦਾਤੇ ਪ੍ਰਭੂ ਨੂੰ ਮਿਲਣਾ ਹੈ ਸਤ ਗੁਰੂ ਦੀ ਅਦੇਹ ਤੇ ਚਲੀਏ ਗੁਰ ਸ਼ਬਦੀ ਗੁਰਮਤੀਏ ਹੋਈਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਆਵੋਲਕ ਜਨਮ ਸਫਲ ਹੋ ਜਾਵੇਗਾ ਕੇ ਅਚਤੇ ਪਾਦ ਬਰੇ